गुड मॉर्निंग 8th क्लास बच्चे असी कल एग्रीकल्चर दी क्लास विच पार्ट नंबर 3 जमीन दी पमाइश ते रिकॉर्ड विच जमीन दे दस्तावेज ते पमाइश नाल संबंधित कुछ पहलू पढ़े सन जिन्हां विच सन जरीब शिजरा जमीन दी निशानदेही मुरब्बा बंदी गोशवरा रजिस्ट्री इंतकाल जमाबंदी ते अज असी पढ़ांगे तकसीम जा वंड जदों किसे जमीन दे हिस्सेदार मालक ज्यादा होन ता हिस्सेदार दी रजामंदी नाल उस रकबे दी वंड करन नू तकसीम जा वंड कह जांदा है मतलब एक तो ज्यादा जो मालक होन ता कुल जेड़ी जायदाद है ਉਹ ਸਾਰਿਆਂ ਦੇ ਵਿੱਚ ਉਹ ਜਿਹੜੀ ਜ਼ਮੀਨ ਹੈ ਉਹ ਸਾਰਿਆਂ ਦੇ ਵਿੱਚ ਇਕੁਅਲ ਵੰਡੀ ਜਾਂਦੀ ਹੈ ਉਹਨੂੰ ਕਹਿੰਦੇ ਆ ਤਕਸੀਮ ਤਕਸੀਮ ਹੋਣ ਤੋਂ ਬਾਅਦ ਜ਼ਮੀਨ ਦਾ ਹਰ ਹਿੱਸੇਦਾਰ ਆਪਣੇ ਆਪਣੇ ਹਿੱਸੇ ਦਾ ਖੁਦ ਮੁਖਤਿਆਰ ਮਾਲਕ ਬਣ ਜਾਂਦਾ ਹੈ ਮਤਲਬ ਕਿ ਜਦੋਂ ਜ਼ਮੀਨ ਮਿਲ ਜਾਂਦੀ ਹੈ ਹਰ ਇੱਕ ਦਾ ਆਪਣਾ ਆਪਣਾ ਹਿੱਸਾ ਮਿਲ ਜਾਂਦਾ ਹੈ ਤੇ ਉਹ अपने हिस्से दी जेड़ी जमीन एक मालक नूं मिली है ओह उसदा उस जमीन दा मालक बन जांदा है ओह अपने हिस्से विच आई जमीन नूं अपनी मर्जी नाल गहने जां बै कर सकदा है बैंक तों कर्जा लै सकदा है अपने हिस्से विच आए किसे भी नंबर दा वटांदरा कर सकदा है नहरी पानी दी वारी वक्री कर सकदा है बिजली मोटर दा निजी कनैक्शन लै सकदा है इस तरह ਮੁਸ਼ਤਰਕੇ ਮਤਲਬ ਸਾਂਝੇ ਖਾਤੇ ਵਿਚੋਂ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਭਾਵ ਕਿ ਜਦੋਂ ਇੱਕ ਜਦੋਂ ਜਿਵੇਂ ਮੰਨ ਲਓ ਇੱਕ ਫਾਦਰ ਚਾਰ ਪੁੱਤਰਾਂ ਵਿੱਚ ਆਪਣੀ ਜ਼ਮੀਨ ਵੰਡਦੇ ਹੈ ਤਾਂ ਉਸ ਜਿਹੜੀ ਜ਼ਮੀਨ ਹੈ ਉਸ ਦੇ ਚਾਰ ਹਿੱਸੇ ਕੀਤੇ ਜਾਂਦੇ ਨੇ ਉਹ ਚਾਰੇ ਹੀ ਪੁੱਤਰ ਆਪਣੀ ਆਪਣੀ ਜ਼ਮੀਨ ਦਾ ਮਾਲਕ ਹੈ ਤੇ ਉਹ ਚਾਰੇ ਪੁੱਤਰ ਹੀ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਨੂੰ ਵਰਤ ਸਕਦੇ ਨੇ ਉਸ ਉੱਤੇ ਸਿੰਚਾਈ ਕਰਨੀ ਜਾਂ ਕੁਛ ਵੀ ਜੋ ਵੀ ਹੈ ਜ਼ਮੀਨ ਨਾਲ ਰਿਲੇਟਡ ਉਹਨੂੰ ਜੋ ਰਿਕੁਆਇਰ ਹੈ ਅੱਗਿਓਂ ਖੇਤੀ ਕਰਨ ਲਈ ਜਾਂ ਉਹ ਜ਼ਮੀਨ ਨੂੰ ਗਹਿਣੇ ਰੱਖਣਾ ਚਾਹੁੰਦਾ ਹੈ ਜਾਂ ਉੱਤੇ ਕਰਜ਼ੇ ਲੈਣਾ ਚਾਹੁੰਦਾ ਕੁਛ ਵੀ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਆਈ ਹਿੱਸੇ ਦੀ ਜ਼ਮੀਨ ਤੇ ਕਰ ਸਕਦਾ ਹੈ ਕਿਉਂਕਿ ਉਹ ਉਸਦਾ ਮਾਲਕ ਹੈ ਗਿਰਦਾਵਰੀ ਅਤੇ ਦਰੁਸਤੀ ਗਿਰਦਾਵਰੀ ਨੂੰ ਗਰਦੌਰੀ ਵੀ ਕਿਹਾ ਜਾਂਦਾ ਹੈ ਇਹ ਇੱਕ ਤਰ੍ਹਾਂ ਜ਼ਮੀਨ ਜਾਂ ਫਸਲਾਂ ਦੇ ਸਰਵੇਖਣ ਹੈ ਜੋ ਮੌਕੇ ਤੇ ਹੋਈ ਕਾਸ਼ਤ ਨੂੰ ਦਰਸਾਉਂਦਾ ਹੈ ਫਸਲ ਗਿਰਦਾਵਰੀ ਮੁੱਖ ਤੌਰ ਤੇ ਸਾਲ ਵਿੱਚ 2 ਵਾਰੀ ਹੁੰਦੀ ਹੈ ਰਾਬੀ ਵਿੱਚ 1 ਮਾਰਚ ਤੋਂ 31 ਮਾਰਚ ਤੱਕ ਆਉਣੀ ਅਤੇ ਸੌਣੀ 1 ਅਕਤੂਬਰ ਤੋਂ 31 ਅਕਤੂਬਰ ਤੱਕ ਇਸ ਤੋਂ ਇਲਾਵਾ ਜੈਜ਼ ਫਸਲਾਂ ਹਾੜੀ ਅਤੇ ਸੌਣੀ ਤੇ ਹਾੜੀ ਵਿਚਲੀਆਂ ਫਸਲਾਂ ਦੀ 2 ਵਾਰੀ ਗਿਰਦਾਵਰੀ 1 ਮਈ ਤੋਂ 15 ਮਈ ਤੱਕ ਅਤੇ ਦਸੰਬਰ ਤੋਂ 15 ਦਸੰਬਰ ਤੱਕ ਕੀਤੀ ਜਾਂਦੀ ਹੈ 15-15 ਮਤਲਬ ਦਿਨਾਂ ਦੀ ਹੁੰਦੀ ਹੈ ਜਿਵੇਂ 1 ਮਈ ਤੋਂ ਗਰਮੀਆਂ ਵਿੱਚ 1 ਮਈ ਤੋਂ 15 ਮਈ ਤੱਕ ਔਰ 1 ਦਸੰਬਰ ਤੋਂ 15 ਦਸੰਬਰ ਤੱਕ ਸਰਦੀਆਂ ਦੇ ਵਿੱਚ ਹੁੰਦੀ ਹੈ ਦਰੁਸਤੀ ਗਿਰਦਾਵਰੀ ਦੋਵੇਂ ਪਾਰਟੀਆਂ ਜੇ ਰਜਾਮੰਦ ਹੋਣ ਤਾਂ ਪਟਵਾਰੀ ਰੋਜ਼ਾਨਾ ਮਚਾ ਵਿਚੋਂ ਆਪਸੀ ਸਹਿਮਤੀ ਅਤੇ ਦਸਖਤ ਕਰਦੇ ਹੋਏ ਦਰੁਸਤੀ ਗਿਰਦਾਵਰੀ ਕਰਵਾ ਸਕਦੇ ਹਨ ਮਤਲਬ ਕਿ ਦੋਵੇਂ ਪਾਰਟੀਆਂ ਦੋਵੇਂ ਧਿਰਾਂ ਜੇ ਰਜਾਮੰਦ ਹੋਣ ਤਾਂ ਪਟਵਾਰੀ ਦੇ ਸਾਹਮਣੇ ਆਪਸੀ ਸਹਿਮਤੀ ਤੇ ਦਸਖਤ ਕਰ ਸਕਦੇ ਨੇ ਤੇ ਦਰੁਸਤੀ ਗਿਰਦਾਵਰੀ ਕਰਵਾ ਸਕਦੇ ਨੇ ਜੇ ਝਗੜੇ ਵਾਲੀ ਗਿਰਦਾਵਰੀ ਹੋਵੇ ਤਾਂ ਤਹਿਸੀਲਦਾਰ ਦੀ ਕਚਹਿਰੀ ਵਿਚ ਜਾ ਕੇ ਦਰੁਸਤੀ ਕਰਵਾ ਸਕਦੇ ਹਨ ਠੇਕਾ ਜਾਂ ਚੁਕੌਤਾ ਜ਼ਮੀਨ ਦੇ ਮਾਲਕ ਵੱਲੋਂ ਆਪਣੀ ਜ਼ਮੀਨ ਕਿਸੇ ਹੋਰ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ ਜਿਵੇਂ ਕਿ 1 ਸਾਲ ਜਾਂ 5 ਸਾਲ ਲਈ ਵਾਹੁਣ ਬੀਜਣ ਲਈ ਦੋਨਾਂ ਧਿਰਾਂ ਵੱਲੋਂ ਮਿੱਥੀ ਧਨ ਰਾਸ਼ੀ ਤੇ ਦਿੱਤੀ ਗਈ ਹੋਵੇ ਤਾਂ ਉਸ ਨੂੰ ਠੇਕਾ ਜਾਂ ਚੁਕੌਤਾ ਕਹਿ ਦਿੰਦਾ ਹੈ ਮਤਲਬ ਕਿ ਇੱਕ ਮਾਲਕ ਕੋਲ ਆਪਣੇ ਖੇਤ ਨੇ ਉਹ ਆਪ ਖੇਤੀ ਨਹੀਂ ਕਰਨਾ ਚਾਹੁੰਦਾ ਪਰ ਉਹ ਆਪਣੀ ਜ਼ਮੀਨ ਨੂੰ ਕਿਸੇ ਹੋਰ ਕਿਸਾਨ ਨੂੰ ਠੇਕੇ ਤੇ ਦੇ ਰਿਹਾ ਤੇ ਬਦਲੇ ਵਿੱਚੋਂ ਉਹਦੇ ਕੋਲੋਂ ਰਾਸ਼ੀ ਲੈ ਰਿਹਾ ਪੈਸੇ ਲੈ ਰਿਹਾ ਕਿਉਂਕਿ ਉਹ ਮਿੱਥੀ ਰਕਮ ਹੁੰਦੀ ਹੈ ਕਿ ਇੰਨੇ ਵਿੱਚ ਅਸੀਂ ਤੁਹਾਨੂੰ ਜ਼ਮੀਨ ਠੇਕੇ ਦੇ ਰਹੇ ਹਾਂ ਰਹਿਣ ਜਾਂ ਗਹਿਣਾ
ਜਦੋਂ ਕੋਈ ਵੀ ਜ਼ਮੀਨ ਦਾ ਮਾਲਕ ਆਪਣੀ ਜ਼ਮੀਨ ਦੇ ਕਿਸੇ ਟੁਕੜੇ ਨੂੰ ਇੱਕ ਮਿਤੀ ਹੋਈ ਕੀਮਤ ਤੇ ਆਰਜ਼ੀ ਤੌਰ ਤੇ ਕਿਸੇ ਹੋਰ ਵਿਅਕਤੀ ਨੂੰ ਦੇ ਦੇਵੇ ਤਾਂ ਉਸ ਨੂੰ ਗਹਿਣਾ ਕਹਿੰਦੇ ਹਨ ਆਖਦੇ ਹਨ। ਜ਼ਮੀਨ ਗਹਿਣਾ ਲੈਣ ਵਾਲਾ ਵਿਅਕਤੀ ਉਦੋਂ ਤੱਕ ਉਸ ਤੇ ਕਾਬਜ਼ ਰਹੇਗਾ ਜਦ ਤੱਕ ਜ਼ਮੀਨ ਦਾ ਅਸਲ ਮਾਲਕ ਉਸ ਦੇ ਪੈਸੇ ਵਾਪਸ ਨਾ ਕਰ ਦੇਵੇ। ਹਾਂਜੀ, ਗਹਿਣੇ ਰੱਖਣਾ ਜਿਵੇਂ ਕਰਜ਼ਾ ਲੈਣਾ ਗਹਿਣੇ ਰੱਖ ਕੇ, ਉਵੇਂ ਹੀ ਉਹ ਜ਼ਮੀਨ ਨੂੰ ਗਹਿਣੇ ਰੱਖ ਰਿਹਾ ਕਿ ਜਿਵੇਂ ਕਿਸੇ ਨੂੰ ਆਪਣੇ ਪੈਸੇ ਚਾਹੀਦੇ ਆ ਤਾਂ ਉਹ ਬਦਲੇ ਚ ਆਪਣੀ ਜ਼ਮੀਨ ਕੁਛ ਸਾਲ ਲਈ ਗਹਿਣੇ ਰੱਖ ਦਿੰਦਾ ਤੇ ਜਿਸ ਕੋਲ ਗਹਿਣੇ ਰੱਖਦਾ ਉਹ ਉਨੀ ਦੇਰ ਤੱਕ ਉਸ ਜ਼ਮੀਨ ਦਾ ਮਾਲਕ ਬਣਦਾ ਜਦੋਂ ਤੱਕ ਜਿਸ ਨੇ ਗਹਿਣੇ ਰੱਖੀ ਹੈ ਉਹ ਉਸ ਨੂੰ ਪੈਸੇ ਵਾਪਸ ਨਾ ਕਰ ਦੇਵੇ। ਉਦੋਂ ਤੱਕ ਉਹ ਜ਼ਮੀਨ ਦਾ ਮਾਲਕ ਦੂਸਰਾ ਬੰਦਾ ਹੀ ਹੁੰਦਾ। ਹਾਂਜੀ, ਖਰਾਬਾ ਖੇਤਾਂ ਵਿਚ ਬੀਜੀ ਹੋਈ ਫਸਲ ਉਪਰ ਬਹੁਤ ਜ਼ਿਆਦਾ ਬਾਰਿਸ਼ ਦਾ ਪਾਣੀ ਖੜਨ ਨਾਲ ਜਾਂ ਕਿਸੇ ਹੋਰ ਕੁਦਰਤੀ ਕਰੋਪੀ ਜਾਂ ਆਫ਼ਤ ਜਿਵੇਂ ਕਿ ਟਿੱਡੀ ਦਲ ਆਦਿ ਦਾ ਹਮਲਾ ਹੋਣ ਨਾਲ ਫਸਲਾਂ ਦੀ ਵੱਡੀ ਪੱਧਰ ਤੇ ਖਰਾਬ ਹੋਣ ਨੂੰ ਖਰਾਬਾ ਕਿਹਾ ਜਾਂਦਾ ਹੈ। ਖਰਾਬੇ ਨੂੰ ਮਾਪਣ ਲਈ ਭਾਵੇਂ ਸੰਬੰਧਿਤ ਮਹਿਕਮਿਆਂ ਨੇ ਅਲੱਗ ਅਲੱਗ ਨਿਯਮ ਬਣਾਏ ਹਨ ਪਰ ਮੁੱਖ ਤੌਰ ਤੇ ਇਲਾਕੇ ਵਿਚ ਫਸਲ ਦੀ ਪੈਦਾਵਾਰ ਨੂੰ 100% ਮੰਨ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ। ਮਤਲਬ ਕਿ ਜਿਹੜਾ ਨੁਕਸਾਨ ਹੈ ਉਸ ਨੂੰ ਮਿਣਿਆ ਜਾਂਦਾ ਕਿ ਕਿੰਨਾ ਹੋਇਆ। ਭੌਂ ਰਿਕਾਰਡ ਦਾ ਕੰਪਿਊਟਰੀਕਰਨ, ਅੱਜ ਕੱਲ ਸਰਕਾਰ ਵੱਲੋਂ ਜ਼ਮੀਨ ਸੰਬੰਧੀ ਸਾਰਾ ਰਿਕਾਰਡ ਕੰਪਿਊਟਰ ਉੱਪਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਘਰ ਬੈਠੇ ਹੀ ਜਮ੍ਹਾਂਬੰਦੀ ਅਤੇ ਇੰਤਕਾਲ ਦੇਖੇ ਜਾ ਸਕਦੇ ਹਨ। ਤਸਦੀਕਸ਼ੁਦਾ ਜ਼ਮੀਨ ਜਾਂ ਇੰਤਕਾਲ ਦਾ ਰਿਕਾਰਡ ਲੈਣ ਲਈ ਨੇੜੇ ਦੇ ਉਪ ਤਹਿਸੀਲਦਾਰ ਤਹਿਸੀਲ ਜਾ ਕੇ ਲੋੜੀਂਦੀ ਫੀਸ ਭਰ ਕੇ ਤੁਰੰਤ ਜ਼ਮੀਨ ਦਾ ਰਿਕਾਰਡ ਮਿਲ ਜਾਂਦਾ ਹੈ। ਘਰ ਬੈਠੇ ਕੰਪਿਊਟਰ ਦੀ ਤੇ ਜ਼ਮੀਨ ਦੇ ਰਿਕਾਰਡ ਦੇਖਣ ਲਈ www.plrs.org.in ਵੈਬ ਸਾਈਟ ਤੇ ਵੇਖਿਆ ਜਾ ਸਕਦਾ ਹੈ। ਹਾਂਜੀ, ਘਰ ਬੈਠੇ ਇਹ ਫੈਸਿਲਿਟੀ ਹੈ ਕਿ ਤੁਸੀਂ ਕੰਪਿਊਟਰ ਵਿਚ ਵੈਬਸਾਈਟ ਤੋਂ ਤੇ ਥਰੂ ਤੁਸੀਂ ਆਪਣੇ ਸਾਰੇ ਰੂਲ ਜੋ ਹੈ ਔਰ ਆਪਣੀ ਜ਼ਮੀਨ ਨਾਲ ਸੰਬੰਧਿਤ ਜੋ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਦੇਖ ਸਕਦੇ ਹੋ, ਉਹ ਵੈਬਸਾਈਟ ਹੈ। ਜ਼ਮੀਨ ਦੀ ਪੈਮਾਇਸ਼ ਲਈ ਪੈਮਾਨੇ ਦੀ ਲੰਬਾਈ ਦੇ ਮਾਪ 1 ਫੁੱਟ 12 ਇੰਚ, 1 ਗਜ 3 ਫੁੱਟ, 1 ਫਰਲਾਂਗ 220 ਗਜ, 1 ਮੀਲ 1760 ਗਜ ਜਾਂ 8 ਫਰਲਾਂਗ, 1 ਕਰਮ 66 ਇੰਚ 5.5 ਫੁੱਟ, 1 ਵਰਗ ਕਰਮ 1 ਸਰਸਾਹੀ, 1 ਮਰਲਾ 9 ਸਰਸਾਹੀਆਂ ਜਾਂ 272 ਵਰਗ ਫੁੱਟ ਜਾਂ 30 ਵਰਗ ਗਜ, 1 ਕਰਨਾਲ ਕਿਹਦੇ ਬਰਾਬਰ ਹੈ 20 ਮਰਲਾ ਜਾਂ 2 ਬਿਸਵੇ ਖਾਮ ਦੇ, 1 ਲਾਏਕੜ 8 ਕਨਾਲਾਂ ਜਾਂ 160 ਮਰਲੇ ਜਾਂ 220x198 ਵਰਗ ਫੁੱਟ ਜਾਂ 36x40 ਕਰਮ ਜਾਂ 96 ਬਿਸਵੇ ਜਾਂ 4000 ਵਰਗ ਮੀਟਰ। ਮਤਲਬ ਕਿ 1 ਕਿੱਲਾ ਕਿਹਦੇ ਬਰਾਬਰ ਹੈ 8 ਕਨਾਲਾਂ ਦੇ ਜਾਂ 96 ਬਿਸਵੇ ਦੇ ਜਾਂ 4000 ਵਰਗ ਮੀਟਰ ਦੇ, ਠੀਕ ਹੈ ਜੀ, ਜਾਂ 160 ਮਰਲੇ ਦੇ। 1 ਬਿਸਵਾ ਖਾਮ 50 ਵਰਗ ਗਜ, 1 ਮੁਰੱਬਾ 1 ਮੁਸਤੀਲ 25 ਏਕੜ, 1 ਹੈਕਟੇਅਰ 2.5 ਏਕੜ ਜਾਂ 10,000 ਵਰਗ ਮੀਟਰ। ਇਹ ਹੈ ਪਮਾਇਸ਼ ਵੀ ਕਿਸ ਤਰ੍ਹਾਂ ਮਿਣਦੇ ਨੇ ਤੇ ਇਹਨੂੰ ਤਾਂ ਬੱਚੇ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਯਾਦ ਕਰਨਾ ਪੈਣਾ ਤਾਂ ਹੀ ਤੁਹਾਨੂੰ ਸਮਝ ਆਏਗੀ, ਕਿਉਂਕਿ ਕੁਐਸਚਨ ਤੁਹਾਨੂੰ ਆ ਸਕਦਾ ਕਿ 1 ਮੀਲ ਦੇ ਵਿਚ ਕਿੰਨੇ ਗਜ ਹੁੰਦੇ ਨੇ ਤੇ 1 ਫੁੱਟ ਵਿਚ ਕਿੰਨੇ ਇੰਚ ਹੁੰਦੇ ਨੇ, 1 ਗਜ ਵਿਚ ਕਿੰਨੇ ਫੁੱਟ ਹੁੰਦੇ ਨੇ, 1 ਕਨਾਲ ਵਿਚ ਕਿੰਨੇ ਮਰਲੇ ਹੁੰਦੇ ਨੇ। ਇਹ ਤੁਹਾਨੂੰ ਇਹ ਲਰਨ ਕਰਨਾ ਪੈਣਾ, ਇਹਨੂੰ ਐਵੇਂ ਨਹੀਂ ਛੱਡਣਾ ਕਿ ਬੁੱਕ ਤੇ ਦਿੱਤਾ ਹੋਇਆ ਤੇ ਛੱਡ ਦੋ, ਨਹੀਂ, ਇਹ ਤੁਹਾਨੂੰ ਵੈਰੀ ਸ਼ੋਰਟ ਕੁਐਸਚਨ ਜਾਂ ਸ਼ੋਰਟ ਕੁਐਸਚਨ ਦੇ ਵਿਚ ਤੁਹਾਨੂੰ ਇਹ ਆ ਸਕਦਾ, ਫਾਈਨਲ ਐਗਜ਼ਾਮ ਚ ਵੀ ਔਰ ਜਿਹੜੇ ਅਸੀਂ ਟਰਮਨਲੀ ਐਗਜ਼ਾਮ ਲੈਂਦੇ ਆ ਉਹਨਾਂ ਦੇ ਵਿਚ ਵੀ ਆ ਸਕਦਾ। ਸੋ ਪਲੀਜ਼ ਬੱਚੇ ਇਸ ਨੂੰ ਅੱਛੀ ਤਰ੍ਹਾਂ ਯਾਦ ਕਰ ਲੈਣਾ ਔਰ ਇੱਕ ਵਾਰੀ ਦੁਬਾਰਾ ਫੇਰ ਤੁਹਾਨੂੰ ਯਾਦ ਕਰਾਨੀ ਹੈ ਕਿ ਤੁਸੀਂ ਮੇਰੇ ਲੈਸਨ ਪੜ੍ਹਨ ਤੋਂ ਬਾਅਦ ਮੇਰੀ ਵੀਡੀਓ ਸੁਣਨ ਤੋਂ ਬਾਅਦ ਬੁੱਕ ਚੁੱਕ ਕੇ ਖੁਦ ਵੀ ਚੈਪਟਰ ਪੜ੍ਹਨਾ ਹੈ ਤਾਂ ਹੀ ਤੁਹਾਨੂੰ ਸਮਝ ਆਵੇਗਾ, ਠੀਕ ਹੈ। ਮੈਨੂੰ ਉਮੀਦ ਹੈ ਮੇਰੀ ਗੱਲ ਤੁਸੀਂ ਜ਼ਰੂਰ ਸੁਣੋਗੇ।
चलो जी अज लई इना ही, फिर मिलते हैं नैक्सट वीडियो चैप्टर नाल। धन्यवाद।